एक तो जिंदाबाद मोदी मीडिया मुर्दाबाद पूरी मीडिया मुर्दाबाद नेशनल मीडिया मुर्दाबाद सरकारों तोड़ा चाक करो अपनी राखी दी करो तैयारी सरकार कर देगी फेरा फेरी चक देंगे मामा पैणा दा इक जिंदाबाद। आरजी 24 न्यूज़ चैनल देख रहे सारे दर्शकों का बहुत बहुत स्वागत है जी। अज असी पहुंचे हाँ डगरू विखे जिथे कि पिछले 120 दिनों तो भी वध हो चुके आ जिहड़ा काले कानूनों के विरोध में धरना लग्या होया। साढ़े नाल कुछ आगू मौजूद ने उन्होंने गल करते हैं अगली रणनीति उन्होंने की आ की कहना चाहते अगली रणनीति बारे। हाँ जी भाई जी की ना जी अपना? मैं गुरमीत सिंह जी भारतीय किसान यूनियन एकता का जिला आगू। गुरमीत सिंह जी 26 जनवरी जी ट्रैक्टर परेड रखी गई सी जिन्नियां भी जथेबंदियां ने एक मंच ते इकट्ठियां होईयां ने और किते ना किते सरकार दे जिहड़े कुछ शरारती आंसर छड्डे होए सी विच उन्हां ने संघर्ष नूं जिहड़ा उह खत्म करन दी कोशिश कीती उहदे बारे की कहना चाहुंदे तुसीं? उहदा जी असीं कहिंदे चंगा होया थोड़े च सर गया जी उह सफल नहीं हो सके क्योंकि जिहड़े आगू सी साडे बहुत मुस्तैद सी फिर भी ਉਹ ਵਰਗਲਾ ਕੇ ਜਿਹੜੇ ਨਵੇਂ ਪਿੰਡ ਆਪਦੇ ਆਪ ਲੜ ਕੇ ਗਏ ਸੀ ਪਿੰਡਾਂ ਦੇ ਵਿੱਚੋਂ ਜਿੱਥੇ ਕੋਈ ਇਕਾਈ ਨਹੀਂ ਜਿੱਥੇ ਮੁੰਡੇ ਟ੍ਰੇਨਡ ਨਹੀਂ ਉਹ ਵਹਿਣ 'ਚ ਬਹਿ ਕੇ ਗਏ ਸੀ ਉਹਨਾਂ ਨੂੰ ਪ੍ਰਭਾਵਿਤ ਕਰਨ 'ਚ ਉਹਨਾਂ ਨੇ ਕੋਸ਼ਿਸ਼ ਕੀਤੀ ਅਤੇ ਉਹ ਨੌਜਵਾਨ ਪ੍ਰਭਾਵਿਤ ਹੋ ਕੇ ਉਹਨਾਂ ਦੇ ਪਿੱਛੇ ਚਲੇ ਗਏ ਅਤੇ ਸਾਡੀ ਜਥੇਬੰਦੀ ਦੇ ਜਿਹੜੇ ਵਰਕਰ ਸੀ ਪੁਰਾਣੇ ਉਹਨਾਂ 'ਚੋਂ ਕੋਈ ਵੀ ਬੰਦਾ ਉਹਨਾਂ ਦੇ ਪਿੱਛੇ ਨਹੀਂ ਗਿਆ ਉਹਨਾਂ ਨੇ ਜਾਣ ਕੇ ਪੁਲਿਸ ਨੇ ਜਿਹੜਾ ਸਾਨੂੰ ਰਾਹ ਦਿੱਤਾ ਸੀ ਸਰਕਾਰ ਨੇ ਵੀ ਇਸ ਰਸਤੇ ਜਾਣਾ ਪੁਲਿਸ ਨੇ ਦਿੱਤਾ ਸੀ ਮੀਟਿੰਗ ਕਰਕੇ ਉਹ ਰਾਹ ਬੰਦ ਕਰਤਾ ਅਤੇ ਜਿਹੜਾ ਰਸਤਾ ਕੁੰਡਲੀ ਨੂੰ ਜਾਂਦਾ ਸੀ ਨਾ ਜਿਹੜਾ ਰਸਤਾ ਜਾਂਦਾ ਸੀ ਨਾ ਆਪਣੇ ਰਿੰਗ ਰੋਡ ਨੂੰ ਉਹ ਜਾਣ ਕੇ ਚਾਲੂ ਕੀਤਾ ਅਤੇ ਉੱਧਰਲੇ ਪਾਸੇ ਦੀ ਨਿਗਾਉਣੇ ਸ਼ੁਰੂ ਕਰਤੇ ਅਤੇ ਰੌਲਾ ਵੀ ਇਹੀ ਪਾਤਾ ਜਿਹੜੇ ਸ਼ਰਾਰਤੀ ਅਨਸਰਾਂ ਨੇ ਵੀ ਚਲੋ ਲਾਲ ਕਿਲੇ 'ਤੇ ਜਾਣਾ ਲਾਲ ਕਿਲੇ 'ਤੇ ਜਾਣਾ ਇਸ ਕਰਕੇ ਉਹ ਉਹਨਾਂ ਨੇ ਮਾਮੂਲੀ ਜਿਹਾ ਉੱਥੇ ਝੜਪ ਕੀਤੀ ਪਹਿਲੇ ਨਾਕੇ 'ਤੇ ਤਾਂ ਕੁਛ ਵੀ ਨਹੀਂ ਕੀਤਾ ਦੂਜੇ ਨਾਕੇ 'ਤੇ ਮਾਮੂਲੀ ਝੜਪ ਹੋਈ ਅਤੇ ਉਹਨਾਂ ਨੂੰ ਲੰਘਣ ਵਾਸਤੇ ਰਸਤਾ ਦਿੱਤਾ ਆਪ ਹੀ ਲੱਖੇ ਸਧਾਣੇ ਨੂੰ ਪਹਿਲਾਂ ਪਹੁੰਚਦਾ ਕੀਤਾ ਉਹਦੇ 'ਚ ਉਹ ਸਾਰਿਆਂ ਨੇ ਦੇਖਿਆ ਹੀ ਹੈ ਤਾਂ ਦੂਜੇ ਨੇ ਦੀਪ ਨੂੰ ਅਤੇ ਲੱਖੇ ਨੂੰ ਲੱਖਾ ਤਾਂ ਸ਼ਾਇਦ ਦਿਸਿਆ ਨਹੀਂ ਉੱਥੇ ਪਰ ਦੀਪ ਸਿੱਧੂ ਉੱਥੇ ਮੌਜੂਦ ਸੀ ਜਦੋਂ ਟਰਾਲੀਆਂ ਗਈਆਂ ਉਦੋਂ ਪਹਿਲਾਂ ਦੀਪ ਸਿੱਧੂ ਉੱਥੇ ਸੀਗਾ ਜਦੋਂ ਕਿ ਉੱਥੇ ਪਰਿੰਦਾ ਪਰ ਨਹੀਂ ਮਾਰ ਸਕਦਾ ਇੰਨੀ ਉੱਥੇ ਸਿਕਿਉਰਿਟੀ ਹੁੰਦੀ ਹੈ ਸਿਕਿਉਰਿਟੀ ਕੁਰਸੀਆਂ 'ਤੇ ਬੈਠੀ ਰਹੀ ਅਤੇ ਉਹ ਝੰਡਾ ਚੜ੍ਹਾਉਂਦੇ ਰਹੇ ਝੰਡਾ ਚੜ੍ਹਾਉਣ ਤੋਂ ਬਾਅਦ ਜਿਉਂ ਹੀ ਲੋਕਾਂ ਨੇ ਉਹ ਨਿਕਲਣ ਦੀ ਕੋਸ਼ਿਸ਼ ਕੀਤੀ ਅਤੇ ਲੋਕਾਂ ਨੇ ਘੇਰਨਾ ਸ਼ੁਰੂ ਕੀਤਾ ਉਹਦੇ ਨਿਕਲਣ ਵਾਸਤੇ ਮੋਟਰਸਾਈਕਲ ਤਿਆਰ ਸੀ ਉਹ ਭੱਜਿਆ ਅਤੇ ਮੋਟਰਸਾਈਕਲ 'ਤੇ ਬਹਿ ਕੇ ਫਰਾਰ ਹੋ ਗਿਆ। ਗੁਰਮੀਤ ਸਿੰਘ ਜੀ ਜਿਵੇਂ ਆਪਾਂ ਦੇਖਿਆ ਵਾ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਨੇ ਉੱਥੇ ਦੀਪ ਸਿੱਧੂ ਆ ਜਿਹੜਾ ਉਹ ਝੰਡਾ ਚੱਕੀ ਖੜ੍ਹਾ ਪਹਿਲਾਂ ਹੀ ਔਰ ਮਗਰ ਪੁਲਿਸ ਦਿਖਾਈ ਦੇ ਰਹੀ ਆ ਬਾਕੀ ਹੋਰ ਕੁਛ ਨਹੀਂ ਦਿਖ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਜੀ ਤੁਸੀਂ? ਇਹ ਤਾਂ ਜੀ ਗਿਣ ਮਿਸ ਕੇ ਹੋਇਆ ਨਾ ਗਿਣ ਮਿਸ ਕੇ ਹੋਇਆ ਉਹਨਾਂ ਦੇ 'ਚ ਅਸੀਂ ਵੀ ਵੱਡਾ ਟਕਰਾਓ ਹੋ ਜੇ ਉਹਦੇ ਵਿੱਚ ਸਾਨੂੰ ਇਹਨਾਂ 'ਤੇ ਤਸ਼ੱਦਦ ਕਰਨ ਦਾ ਇਹਨਾਂ ਦੇ ਧਰਨੇ ਚੁਕਾਉਣ ਦਾ ਸਾਨੂੰ ਬਹਾਨਾ ਮਿਲ ਜੇ ਸਰਕਾਰ ਬਹਾਨਾ ਭਾਲਦੀ ਸੀ ਇਸੇ ਕਰਕੇ ਹੀ ਉਹਦੇ ਤੋਂ ਗਰਮ ਤਕਰੀਰਾਂ ਕਰਾਈਆਂ ਗਈਆਂ ਇੱਕ ਜਥੇਬੰਦੀ ਵਿੱਚ ਸ਼ਾਮਿਲ ਕਰ ਲਈ ਰਾਤ ਨੂੰ 10 ਵਜੇ ਉਹ ਜਥੇਬੰਦੀ ਦੇ ਆਗੂਆਂ ਦੇ ਨਾਲ ਮੀਟਿੰਗ ਕੀਤੀ ਗਈ ਪੁਲਿਸ ਅਫਸਰਾਂ ਦੀ ਅਤੇ ਉਹਨਾਂ ਨੇ ਗਿਣ ਮਿਸ ਕੇ ਇਹ ਸਾਰਾ ਕੁਛ ਕੀਤਾ ਜਿਹੜੇ 'ਚੋਂ ਸਫਲ ਨਹੀਂ ਹੋ ਸਕੇ ਅਤੇ ਸਾਨੂੰ ਉਹਦੇ 'ਚ ਕੋਈ ਫਰਕ ਨਹੀਂ ਪਿਆ ਅਸੀਂ ਤਾਂ ਕਹਿੰਦੇ ਫੋੜੇ 'ਚੋਂ ਪਾ ਕੇ ਨਿਕਲ ਗਈ ਅਤੇ ਹੁਣ ਸਾਫ਼ ਹੋ ਗਈ ਸਗਾ ਸਾਡਾ ਤਾਂ ਸਰੀਰ ਸਾਫ਼ ਹੈ ਬਿਲਕੁਲ ਹੁਣ ਉਹਦੇ ਵਿੱਚ ਜਿਹੜੇ ਅਸਲੀ ਹੈ ਉਹ ਰਹਿ ਗਏ ਅਤੇ ਜਿਹੜੀ ਖੋੜ ਸੀ ਨਿਕਲ ਗਈ। ਗੁਰਮੀਤ ਸਿੰਘ ਜੀ ਇੱਕ ਹੋਰ ਦੇਖਿਆ ਤੁਸੀਂ ਜਿਹੜੇ ਗੋਦੀ ਮੀਡੀਆ ਵਾਲੇ ਨੇ ਉਹਨਾਂ ਨੇ ਕਿਸੇ ਨੇ ਵੀ ਜਿਹੜਾ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਕਿਸੇ ਨੇ ਕੋਈ ਖਬਰ ਨਹੀਂ ਦਿਖਾਈ ਜਦਕਿ ਸਿਰਫ ਜਿਹੜਾ ਲਾਲ ਕਿਲੇ ਵਾਲਾ ਉਹਨਾਂ ਦਾ ਪਹਿਲਾਂ ਤੋਂ ਪਲਾਨ ਕੀਤਾ ਸੀ ਸਰਕਾਰ ਦੁਆਰਾ ਲਾ ਲਓ ਜਾਂ ਪੁਲਿਸ ਦੁਆਰਾ ਤਾਂ ਉਹੀ ਸਿਰਫ ਉਹੀ ਹਾਈਲਾਈਟ ਕੀਤਾ ਗਿਆ ਉਹਦੇ ਬਾਰੇ ਕਹਿਣਾ ਚਾਹੁੰਦੇ ਜੀ? ਉਹ ਤਾਂ ਜੀ ਪਹਿਲਾਂ ਹੀ ਤੈਅ ਸੀ ਗੋਦੀ ਮੀਡੀਆ ਵੀ ਤਿਆਰ ਕੀਤਾ ਹੋਇਆ ਸੀ ਬੱਸਾਂ ਖੜਾਈਆਂ ਸੀ ਵੀ ਇਹ ਬੱਸਾਂ ਤੋੜਨਗੇ ਬੱਸਾਂ ਨੂੰ ਅੱਗ ਲਾਵਾਂਗੇ ਅਤੇ ਬੱਸਾਂ ਜਿਹੜੀਆਂ ਉਹਦੇ ਸ਼ੀਸ਼ੇ ਪੁਲਿਸ ਨੇ ਤੋੜੇ ਅਤੇ ਗੋਦੀ ਮੀਡੀਆ ਨੇ ਉਹ ਗੱਲ ਚੱਕ ਲਈ ਗੱਲ ਚੱਕ ਕੇ ਸਿਰਫ ਉਹੋ ਪਾਸਾ ਦਿਖਾਇਆ ਆਹ ਦੇਖੋ ਜੀ ਖਾਲਤਾਨੀਆਂ ਦਾ ਕਬਜ਼ਾ ਹੋ ਗਿਆ ਤੁਹਾਨੂੰ ਅਸੀਂ ਕਹਿੰਦੇ ਸੀ ਇਹ ਖਾਲਤਾਨੀ ਹੈ ਅਤੇ ਜਿੱਥੇ ਫੁੱਲਾਂ ਦੀ ਵਰਖਾ ਹੋਈ ਜਿੱਥੇ
ਹਜ਼ਾਰਾਂ ਟਰੈਕਟਰ ਲੰਘੇ ਤੇ ਲੋਕਾਂ ਨੇ ਨਾਅਰੇਬਾਜ਼ੀ ਕਿਸਾਨ ਜਥੇਬੰਦੀਆਂ ਦੇ ਹੱਕ 'ਚ ਕੀਤੀ, ਉਹ ਗੋਦੀ ਮੀਡੀਆ ਨੇ ਉੱਕਾ ਹੀ 1% ਵੀ ਨਹੀਂ ਦਿਖਾਇਆ। ਇਹ ਤਾਂ ਜੇ ਤੁਹਾਡੇ ਵਰਗੇ ਜਾਂ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਹੋ ਸਕਦਾ ਪਰਦੇ 'ਚ ਹੀ ਰਹਿ ਜਾਂਦੀ ਗੱਲ। ਹਾਂਜੀ ਬਾਈ ਜੀ, ਆਪਣਾ ਜਗਮੋਹਨ ਸਿੰਘ, ਪਿੰਡ ਸਜਦੋਕੇ, ਜ਼ਿਲ੍ਹਾ ਮੋਗਾ। ਬਾਈ ਜੀ, ਜਿਹੜਾ 26 ਤਰੀਕ ਨੂੰ ਸੰਘਰਸ਼ ਆ, ਜਿਹੜਾ ਉਹਨੂੰ ਕਿਤੇ ਨਾ ਕਿਤੇ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਸੀਗੀ, ਜਿਹੜੀ ਕਿ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੀ ਸੂਝਬੂਝ ਨਾਲ ਜਿਹੜੀ ਉਹ ਟਲੀ ਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਇਹ ਦੇਖੋ ਜੀ, ਜਿਹੜੇ ਜਥੇਬੰਦੀਆਂ ਵਾਲੇ ਉਹਨਾਂ ਨੇ ਉਮਰਾਂ ਹੰਢਾਤੀਆਂ ਜੀ, ਉਮਰਾਂ ਲਾਤੀਆਂ ਵੀ ਲੋਕਾਂ ਨੂੰ ਸਮਝਾਉਣ ਦੀ ਖਾਤਰ ਜੀ, ਬਈ ਉਹ ਜਿਹੜੇ ਸਮਝੇ ਵੇ ਜਿਹਨਾਂ ਨੂੰ ਸਮਝਾਇਆ ਸੀਗਾ ਉਹ ਉਵੇਂ ਮੌਜੂਦ ਆ, ਉਹਨਾਂ ਨੂੰ ਕੋਈ ਹਿੱਲਚੁੱਲ ਨਹੀਂ ਹੋਈਗੀ। ਬਾਕੀ ਜਿਹੜੇ ਅਨਪੜ੍ਹ ਲੋਕ ਸੀ, ਨੌਜਵਾਨੀ ਅਨਪੜ੍ਹ ਸੀਗੀ, ਵੀ ਅੱਜ ਲੱਖਾ ਹਦਾਣਾ ਹੋ ਗਿਆ, ਦੀਪ ਸਿੱਧੂ ਹੋ ਗਿਆ, ਇਹਨਾਂ ਦੇ ਬਗਲਾਟ ਦੇ ਵਿੱਚ ਆ ਗਈਆਂ, ਇਹਨਾਂ ਨੇ ਸੋਚੀ ਸਮਝੀ ਤਹਿਤ ਕਰਾਇਆ ਸਾਰਾ ਕੁਝ ਉੱਥੇ ਸਰਕਾਰ ਨਾਲ ਗਿਣ ਮਿਥ ਕੇ ਕਰਾਇਆ ਗਾ। ਉਹ ਤਾਂ ਗੱਲ ਕਰ ਵੀ ਚੰਗਾ ਹੋ ਗਿਆ ਇੱਕ ਥੋੜ੍ਹਾ ਜਿਹਾ, ਵੀ ਥੋੜ੍ਹੀ ਹਲੇ ਉੱਥੋਂ ਮੈਨੂੰ ਦੀ ਤਾਂ ਇਹ ਚਾਂਸ ਸੋਣਾ ਸੀਗਾ ਵੀ ਇਹਨਾਂ ਨੇ ਪਹਿਲਾਂ ਜਿਹੜਾ ਨਾਕਾ ਭੰਨਿਆ ਸੀਗਾ, ਪਹਿਲਾਂ 26 ਵਾਲਾ, ਬਈ ਉਹ ਜਾਣਦੀ ਆਪਾਂ ਨਾਕਾ ਭੰਨ ਕੇ ਗਾਹਾਂ ਇੰਟਰ ਹੋਇਆ ਦਿੱਲੀ ਦੇ ਵਿੱਚ, ਬਈ ਜਥੇਬੰਦੀਆਂ ਦੂਜੀਆਂ ਬਾਅਦ 'ਚ ਆਉਣਗੀਆਂ ਮਗਰ ਆਗੂ ਹੋਣਗੇ, ਉਹ ਤਾਂ ਨਿਸ਼ਾਨਾ ਸਾਡੇ ਆਗੂਆਂ ਦਾ ਨਿਸ਼ਾਨਾ ਬਣਾਇਆ ਵਾ ਸੀ ਵੀ ਉਹਨਾਂ ਨੂੰ ਗੋਲੀਆਂ ਨਾ ਭੁੰਨਾਂਗੇ, ਜਾਣੀ ਸਾਡੇ ਆਗੂ ਸੇਫ ਰਹਿ ਗਏ, ਵਧਗਾ ਰਹਿ ਗਏ, ਅਤੇ ਇਹ ਗਿਣ ਮਿਥ ਕੇ ਕਰਿਆ, ਸਰਕਾਰ ਇਹਦੀ ਜ਼ਿੰਮੇਵਾਰ ਆ, ਸਰਕਾਰਾਂ ਨੇ ਕਰਾਇਆ ਇਹ। ਇੱਕ ਜੀ, ਜਿਵੇਂ ਕਿ ਪਹਿਲਾਂ ਗੋਦੀ ਮੀਡੀਆ ਦੁਆਰਾ ਅਫਵਾਹ ਉਡਾਈਆਂ ਜਾ ਰਹੀਆਂ ਸੀਗੀਆਂ, ਕਿਸਾਨ ਨੇ ਜਿਹੜੇ ਉਹ ਘਰਾਂ ਨੂੰ ਚਲੇ ਗਏ, ਕਿਸਾਨ ਨੇ ਜਿਹੜੇ ਉਹ ਕਹਿ ਰਿਹਾ ਸੀ ਫੇਲ ਹੋ ਗਏ, ਪਰ ਕਿਤੇ ਨਾ ਕਿਤੇ ਇਹ ਲੱਗਦਾ ਵੀ ਰਾਤ ਜਿਵੇਂ ਤਸਵੀਰਾਂ ਆ ਰਹੀਆਂ ਸੀਗੀਆਂ ਵੀ ਅੰਦੋਲਨ ਦੇ ਵਿੱਚ ਇੱਕ ਨਵੀਂ ਜਾਨ ਪੈ ਚੁੱਕੀ ਆ, ਨਵਾਂ ਜੋਸ਼ ਜਨੂੰਨ ਕਿਸਾਨਾਂ ਦੇ ਵਿੱਚ ਆ ਚੁੱਕਿਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਵੇਖੋ ਜੀ, ਇਹ ਗੋਦੀ ਮੀਡ ਕੋਈ ਕਹਿ ਰਿਹਾ ਹੈਗਾ ਮੁੜ ਗਏ, ਇਹ ਤਾਂ ਆਵਾਜਾਵੀ ਰੋਜ਼ ਜਾਂਦੇ ਆ ਅਤੇ ਰੋਜ਼ ਆਉਂਦੇ ਆ, ਘਰਦੇ ਅਲਜੇਵਿਆਂ ਕਾਰਨ ਖੇਤੀਬਾੜੀ ਸਾਂਭਣੀ ਆ, ਉਹਨੇ ਉੱਠ ਜਾਂ ਉਹਨੇ ਅੜ ਜਾਂਦੇ ਆ। ਬਾਕੀ ਜਿਹੜੇ 26 ਤਰੀਕ ਦੀ ਖਾਤਰ ਗਏ ਸੀਗੇ, ਮੇਲਾ ਵੇਖਣ ਗਏ ਸੀਗੇ, ਅਤੇ ਉਹ ਲੋਕ ਮੁੜੇ ਉੱਥੇ ਨਹੀਂ ਮੁੜੇਗੇ, ਉਹ ਤਾਂ ਚੱਲੀ ਜਾਂਦਾ ਹੈਗਾ, ਚੱਲੀ ਜਾਣਾ ਵੀ ਹੈਗਾ, ਅਤੇ ਉਦੋਂ ਵੱਧ ਤੋਂ ਵੱਧ ਗਿਣਤੀ ਹੁਣ ਫੇਰ ਅਸੀਂ ਘੱਲੀ ਜਾ ਰਹੇ, ਕੱਲ੍ਹ ਨੂੰ ਫਿਰ ਘੱਲਾਂਗੇ ਅਸੀਂ, ਅਤੇ ਗਿਣਤੀ ਬਹੁਤ ਜ਼ਿਆਦਾ ਜਾ ਰਹੀ ਆ ਇਹ ਤਾਂ ਕੋਈ। ਦਰਸ਼ਕੋ, ਤੁਸੀਂ ਦੇਖਿਆ ਕਿ ਜਿਹੜੇ ਕਿਸਾਨ ਆਗੂ ਨੇ ਉਹਨਾਂ ਵੱਲੋਂ ਇਹ ਚੀਜ਼ ਕਹੀ ਜਾ ਰਹੀ ਆ ਕਿ ਜਿਹੜਾ ਕਿਸਾਨ ਅੰਦੋਲਨ ਆ ਉਹਦੇ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਜੋਸ਼ ਜਨੂੰਨ ਆ ਜਿਹੜਾ ਹਰ ਇੱਕ ਵਰਗ ਦੇ ਵਿੱਚ ਆ ਚੁੱਕਿਆ ਵਾ, ਔਰ ਕਿਸਾਨ ਨੇ ਜਿਹੜੇ ਉਹਨਾਂ ਚਿਰ ਉੱਥੇ ਡਟੇ ਰਹਿਣਗੇ ਜਿੰਨਾ ਚਿਰ ਸੈਂਟਰ ਦੀ ਜਿਹੜੀ ਨਾਦਰਸ਼ਾਹੀ ਫਰਮਾਨ ਜਾਰੀ ਕਰਨ ਵਾਲੀ ਸਰਕਾਰ ਆ ਉਹ ਕਾਲੇ ਕਾਨੂੰਨ ਰੱਦ ਨਹੀਂ ਕਰਦੀ। ਕੈਮਰਾਮੈਨ ਰਾਜਦੀਪ ਸਿੰਘ ਗਿੱਲ ਦੇ ਨਾਲ ਪੱਤਰਕਾਰ ਰਣਜੀਤ ਸਿੱਧਵਾਂ, RG 24 ਨਿਊਜ਼, ਡਗਰੂ।